ਤੁਹਾ ਦਾ ਸਾਰਾ ਸਵਾਗਤ ਆ ਆਪਣੇ YouTube ਚੈਨਲ Gaurav Groups ਤੇ ਅੱਜ ਅਸੀਂ ਤੁਹਾਡੇ ਲਈ ਜਮਾਤ 7ਵੀਂ ਦਾ ਕੰਪਿਊਟਰ ਸਾਇੰਸ ਦਾ ਜੋ ਪੇਪਰ ਆ ਪੱਕਾ ਉਹ ਅਸੀਂ ਲੈ ਕੇ ਆ ਚੁੱਕੇ ਹਾਂ ਬਿਲਕੁਲ ਸੌਲਵਡ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਨੋਟੀਫਿਕੇਸ਼ਨ ਆਨ ਤੇ ਸੈੱਟ ਕਰ ਲਓ ਜਿਸ ਤਰ੍ਹਾਂ ਤੁਹਾਨੂੰ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੂਆ ਤੇ ਚਲੋ ਆਪਾਂ ਪੇਪਰ ਦੇ ਵੱਲ ਵਧਦੇ ਹਾਂ ਜੇਕਰ ਤੁਹਾਨੂੰ ਆਪਣੇ ਪੀਪਲ ਦੀ ਪੀਡੀਐਫ ਚਾਹੀਦੀ ਹੈ ਤਾਂ ਆਪਣਾ ਟੈਲੀਗ੍ਰam ਗਰੁੱਪ ਬਣਿਆ ਹੋਇਆ ਉਹਨੂੰ ਜੁਆਇਨ ਕਰ ਲਓ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਤੇ ਮਿਲ ਜੂਗਾ ਤੇ ਚਲੋ ਆਪਾਂ ਪੀਪਲ ਦੇ ਵੱਲ ਵਧਦੇ ਹਾਂ ਪਹਿਲਾ ਉੜਾ ਸਾਰੇ ਪ੍ਰਸ਼ਨ ਕੰਨੇ ਜ਼ਰੂਰੀ ਹਨ ਪਹਿਲਾ ਨੰਬਰ ਪੈਡ ਦੀ ਵਰਤੋਂ ਲਈ ਕਿਹੜੀ ਕੀ ਆਨਲਾਈਨ ਆਨ ਹੋਣੀ ਚਾਹੀਦੀ ਹੈ ਇਹਦਾ ਸਲੈਗਰ ਪਹਿਲਾ ਉੜਾ ਅੱਗੇ ਦੂਸਰਾ ਬਿੰਦੂਜ ਐਕਸਪਲੋਰਰ ਦੇ ਕਿੰਨੇ ਪੇਨ ਹੁੰਦੇ ਹਨ ਇਹਦਾ ਸਹੀ ਜਵਾਬ ਦੋ ਈੜੀ ਅਗਰ ਤੀਸਰਾ ਪ੍ਰਾਇਮਰੀ ਮੈਮਰੀ ਦੀ ਹੈ ਕਿੰਨੇ ਕਿਸਮ ਹਨ ਤੀਸਰੇ ਦਾ ਉਹ ਦੋ ਛਸਾ ਅਗੇ ਚੌਥਾ ਪੂਰੇ ਬਲਡ ਬਲਡ ਨੂੰ ਚੁਣਨ ਲਈ ਉਸ ਉੱਤੇ ਕਿੰਨੇ ਵਾਰ ਕਲਿੱਕ ਕਰਨਾ ਚਾਹੀਦਾ ਹੈ ਇਹਦਾ ਸਹੀ ਜਵਾਬ ਦੋ ਦਬਣ ਮਤਲਬ ਦੁਆੜਾ ਅਗੇ ਪੰਜਵਾਂ ਮਲਟੀਮੀਡੀਆ ਸ਼ਬਦ ਦੋ ਸ਼ਬਦਾਂ ਦਾ ਸੁਮੇਰੇ ਇਹ ਹਨ ਡੈਸ਼ ਅਤੇ ਡੈਸ਼ ਇਹਦਾ ਸ ਹੈਗਾ ਮਲਟੀ ਮੀਡੀਆ ਜਿਮਾ ਐਨੀਮੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ ਜੋ ਕਿ ਕਹਿੰਦੇ ਨੇ ਐਨੀਮੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ ਇਹ ਹਨ ਡੈਸ਼ ਅਤੇ ਡੈਸ਼ ਪਾਠ ਅਤੇ ਫਰੇਮ ਅੱਗੇ 7ਵਾਂ ਮਲਟੀ ਮੀਡੀਆ ਲਈ ਡੈਸ਼ ਅਤੇ ਡੈਸ਼ ਜ਼ਰੂਰਤਾਂ ਹਨ 7ਵਾਂ ਜਵਾਬ ਸਰੇਗਾ ਹਾਰਡਵੇਅਰ ਅਤੇ ਸੌਫਟਵੇਅਰ ਅੱਗੇ ਹੱਥਵਾ 10- ਜੂਲਸ ਸਿਸਟਮ ਹੈ ਇਹਦਾ ਅਸਰ ਹੈਗਾ ਸਿੰਗਲ ਥੋੜਾ ਅੱਗੇ ਆ ਗਿਆ ਖਾਲੀ ਥਾਂ ਹோம் ਰੋ ਦੇ ਵਿੱਚ ਖੱਬੇ ਹੱਥ ਦੀ ਸਭ ਤੋਂ ਛੋਟੀ ਉਂਗਲ ਨਾਲ ਡੈਸ਼ ਕੀ ਦਬਾਈ ਜਾਂਦੀ ਹੈ ਇਹਦਾ ਅਸਰ ਹੈਗਾ ਏ ਪਹਿਲੇ ਦਾ ਏ ਅੱਗੇ ਹੈਗਾ ਆੜਾ ਪ੍ਰਾਇਮਰੀ ਮੈਮਰੀ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਦੂਸਰਾ ਅਸਰ ਹੈਗਾ ਇੰਟਰਨਲ ਮੈਮਰੀ ਮੈਂ ਲਿਖ ਕੇ ਦਿਖਾ ਦੇਣਾ ਕਈ ਇਹਨੂੰ ਸਪੈਲਿੰਗ ਨਾ ਹੁੰਦੇ ਹੋਇਤਾ ਇਹ ਦੇਖ ਸਕਦੇ ਹੋ ਇੰਟਰਨਲ ਇੰਟਰਨਲ ਮੈਮਰੀ ਅਗੇ ਤੀਸਰਾ ਮੈਮਰੀ ਦੇ ਸੋਤੇ ਸੋਤੇ ਭਾਗਾਂ ਨੂੰ ਦੇਸ਼ ਕਿਹਾ ਜਾਂਦਾ ਹੈ ਇਹਦਾ ਉਸ ਲਿਖਾ ਸੈੱਲ ਚੌਥਾ ਚੌਥੇ ਦਾ ਉਹ ਦੇਸ਼ ਦਾ ਮਤਲਬ ਹੈ ਕਿ ਅੱਖਰਾਂ ਨੂੰ ਲਿਖਦੇ ਹੋਏ ਉਸ ਦੇ ਹੇਠਾਂ ਲਾਈਨ ਖਿੱਚਣਾ ਅੰਡਰਲਾਈਨ ਅੰਡਰ ਨਾਇਨਾ ਅੰਡਰ ਲਾਈਕ ਅਗਰ ਪੰਜਵਾਂ ਤਸਵੀਲ ਦੇ ਬੇਰੋੜੇ ਹਿੱਸੇ ਨੂੰ ਹਟਾਉਣ ਲਈ ਡੈਸ਼ ਦੀ ਬਲਤੂ ਕੀਤੀ ਜਾਂਦੀ ਹੈ ਪੰਜਵੇਂ ਦਾ ਹੂਆ ਮਲ ਪੰਜਵੇਂ ਦਾ ਹੂਆ ਕ੍ਰੋਪ ਅਗਰ ਛੇਮਾ ਡੈਸ਼ ਕੰਪਿਊਟਰ ਲਈ ਕਮਾਂਡਾ ਨੂੰ ਟਾਈਪ ਕਰਨ ਲਈ ਇੱਕ ਐਂਟਰੀ ਪੁਆਇੰਟ ਹੈ ਕਮਾਂਡ ਪ੍ਰਾਪਤ ਛੇਵੇਂ ਦੱਸ ਰਿਹਾ ਲਿਖ ਕੇ ਦਿਖਾ ਦੇਣਾ ਕਮਾਂਡ ਪ੍ਰਾਪਤ ਅੱਗੇ 7ਵਾਂ ਡੈਸ਼ ਡਾਇਰੈਕਟਰੀ ਨੂੰ ਮੇਨ ਡਾਇਰੈਕਟਰੀ ਕਹਿੰਦੇ ਹਨ ਇਹਦਾ ਅਸਰ ਹੈਗਾ ਰੂਟ 7ਵੇਂ ਦਾ ਰੂਟ ਵਿਦਿਆਰਥੀਓ ਕਈ ਕਮੰਡਾਂ ਨੂੰ ਇੱਕ ਕਮੰਡ ਵਿੱਚ ਇਕੱਠਿਆ ਕਰਨ ਲਈ ਡੈਸ਼ ਫਾਈਲ ਦੀ ਬਲਤੋ ਕੀਤੀ ਜਾਂਦੀ ਹੈ ਬੈਚ ਫਾਈਲ ਬੈਚ ਬੈਚ ਫਾਈਲ ਅਗਗਾ ਸਹੀ ਗਲਤ ਅਤੇ ਪੂਰੇ ਨਾਂ ਪਹਿਲਾ ਇੱਕ ਫਾਈਲ ਵਿੱਚ ਕਈ ਫਾਈਲਾਂ ਅਤੇ ਫੋਲਡਰ ਹੋ ਸਕਦੇ ਹਨ ਆ ਹੈਗਾ ਸਹੀ ਆ ਅਗੇ ਦੂਸਰਾ ਕੰਪੈਕਟ ਡਿਸਕ ਇੱਕ ਪ੍ਰੋ ਟੇਬਲ ਡਿਸਕ ਹੈ ਜਿਸ ਵਿੱਚ 650 ਤੋਂ 700 MB ਤੱਕ ਦਾ ਡਾਟਾ ਸਟੋਰ ਹੋ ਸਕਦਾ ਹੈ ਆ ਵੀ ਬਿਲਕੁਲ ਸਹੀ ਆ ਅਗੇ ਤੀਸਰਾ ਲੈਡਰਕ ਸ਼ੇਪ ਦਾ ਮਤਲਬ ਹੈ ਕਿ ਪੇਜ ਨੂੰ ਹੋਰੀਜ਼ਨਟ ਸੈੱਟ ਕੀਤਾ ਹੋਇਆ ਹੈ ਸਹੀ ਆ ਅਗੇ ਚੌਥਾ ਮਲਟੀਮੀਡੀਆ ਮਲਟੀਮੀਡੀਆ ਲਈ ਹਾਰਡਵੇਅਰ ਅਤੇ ਸੌਫਟਵੇਅਰ ਜ਼ਰੂਰੀ ਤੱਤ ਹਨ ਇਹ ਵੀ ਬਿਲਕੁਲ ਸਹੀ ਆ ਲੇਕੇ ਪੰਜਵਾਂ ਵੀਡੀਓ ਦੀਆਂ ਦੋ ਕਿਸਮਾਂ ਹਨ ਐਨਲੌਗ ਅਤੇ ਡਿਜੀਟਲ ਵੀਡੀਓ ਅਗੇ ਕ ਛੇਮਾ ਜੀ ਯੂ ਆਈ ਇੰਟਰਫੇਸ ਨੂੰ ਸਿਰਕਤਨ ਕੋਈ ਵੀ ਚਿੱਤਰ ਜਾਂ ਗ੍ਰਾਫਿਕਸ ਨਹੀਂ ਹੁੰਦਾ ਗਲਤ ਆ ਅਗੇ ਅਗੇ 7ਵਾਂ ਬੈਚ ਫਾਈਲ ਨੂੰ ਇੱਕ ਸਟੇਸ ਨਵ ਅਠ ਹੁੰਦੀ ਹੈ ਆ ਹੈਗਾ 8ਵਾਂ 7ਵਾਂ ਸਹੀ ਆ ਅਗੇ ਰੈਮ ਦਾ ਪੂਰਾ ਨਾਮ ਰੈਂਡਮ ਐਕਸੈਸ ਮੈਮਰੀ ਮੈਡੀਕ ਕਿਹਾ ਦਿੰਦੇ ਤੁਹਾਨੂੰ ਰੈਂਡਮ ਐਕਸੈਸ ਮੈਮਰੀ ਮੈਮਰੀ ਰੈਂਡਮ ਐਕਸੈਸ ਮੈਮਰੀ ਅਗੇ ਸੀਡੀ ਦਾ ਪੂਰਾ ਨਾਮ ਇਹਦਾ ਪੂਰਾ ਨਾਮ ਹੈਗਾ ਕੰਪੈਕਟ ਡਿਸਕ ਕੰਪੈਕਟ ਡਿਸਕ ਡਿਸਕ ਇਹਦਾ ਪੂਰਾ ਨਾਮ ਤੇ ਲੋ ਹੁਣ ਆਪਾਂ ਪ੍ਰੈਸ਼ਨ ਦੇ ਬਲ ਬਾਤਦੇ ਆ ਪਾ ਗਾਲਾ ਛੋਟੂ ਉਤਰਾਵੇਂ ਪ੍ਰੈਸ਼ਨ ਇਹਨਾਂ ਦਾ ਵੀ ਅਨਸਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਕਰਵਾਵਾਂਗੇ ਤੁਸੀਂ ਇੱਕ ਵਾਰ ਇਹਨਾਂ ਪ੍ਰੈਸ਼ਨਾਂ ਨੂੰ ਦੇਖ ਲਓ ਤੇ ਇਹਦਾ ਸਕਰੀਨਸ਼ਾਟ ਲੈ ਲਓ ਇਹ ਤੁਹਾਡੇ ਜੋ ਪ੍ਰੈਸ਼ਰ ਨੇ ਹੁਣ ਆਪਾਂ ਜੋ ਏਰੀਆ ਸਿਰ ਹਨ ਉਹਨਾਂ ਦੀ ਪੀਡੀਐਫ ਖੋਲ ਲੈਣੇ ਆ। ਦੋਸਤੋ ਹੁਣ ਆਪਾਂ ਨੇ ਦੂਸਰੀ ਪੀਡੀਐਫ ਖੋਲ ਲਈਏ ਜਿਸਦੇ ਵਿੱਚ ਉਹਨਾਂ ਦੇ ਹਾਸੇ ਮਿਲਣਗੇ। ਪਹਿਲਾ ਪ੍ਰੈਸ਼ਰ ਸੀ ਤੀਜੀ ਰੋ ਉਪਰ ਉਂਗਲ ਦੀ ਸਥਿਤੀ। ਆ ਸਾਰਾ ਲਿਖਿਆ ਹੈ ਪੇ ਤੀਜੀ ਰੋ ਉਪਰ ਪੂਰਾ ਪ੍ਰੈਸ਼ਰ ਸਾਫੇ ਪੇ ਜੋ ਪਹਿਲੇ ਜੈਡੋ ਫਿਰ ਐਕਸੋ ਫਿਰ ਸੀਓ ਫਿਰ ਡਬਲਯੂਓ ਫਿਰ ਬੀਓ ਨਾ ਬੀਏਵੀ ਫਿਰ ਐਨ ਫਿਰ ਐਮ ਫਿਰ ਕੋਮਾ ਫਿਰ ਬਿੰਦੀ ਫਿਰ ਐਲ ਐਲ ਨੇ ਇੱਕ ਤਰ੍ਹਾਂ ਦਾ ਉਹ ਦੰਦੀ ਆ। ਇਹ ਤੁਸੀਂ ਦੇਖ ਸਕਦੇ ਹੋ ਗੱਦੀ ਸਥਿਤੀ ਆਉਗੀ ਆ ਸੱਜਾ ਹੱਥ ਆ ਖੱਬਾ ਹੱਥ ਆ ਪੂਰਾ ਚਾਰਟ ਤੇ ਲਿਖਿਆ ਪਿਆ ਕਿਰੇ ਕਿਰੂ ਗੁਰ ਕੀਰੀਆ ਤੁਸੀਂ ਇਹ ਸਕਰੀਨ ਸ਼ਾਟ ਲੈ ਸਕਦੇ ਹੋ ਇਹਨੇ ਮੈਂ 10 ਸਕਿੰਟ ਲਈ ਤੁਹਾਨੂੰ ਆ ਦਿਖਾ ਦਿੰਦਾ ਹੁਨਾਗੜੀ ਪ੍ਰੈਸ਼ੈਂਬਲ ਆਪਾਂ ਬੜ ਚੁੱਕੇ ਆ ਕੀਬੋਰਡ ਦੀ ਮਦਦ ਨਾਲ ਅਸੀਂ ਨਵਾਂ ਫੋਲਡਰ ਕਿਵੇਂ ਬਣਾ ਸਕਦੇ ਆ ਵਿੰਡੋਜ਼ ਦੇ ਵਿੱਚ ਅਸੀਂ ਕੀਬੋਰਡ ਦੀ ਮਦਦ ਨਾਲ ਮਦਦ ਨਾਲ ਨਵਾਂ ਫੋਲਡਰ ਬਣਾ ਸਕਦੇ ਆ ਕੀਬੋਰਡ ਲਾਹੀ ਨਵਾਂ ਫੋਲਡਰ ਬਣਾਉਣ ਲਈ ਹੈਟ ਰਿਟੇ ਕੀ ਇਕੱਠਾ ਦਬਾਓ ਆ ਤਿੰਨ ਕੀ ਦਿੱਤੀ ਗਈ ਹੈ ਨਾ ਤੁਸੀਂ ਇਹਨਾਂ ਨੂੰ ਇੱਕ ਵਾਰ ਇਕੱਠਾ ਦਬਾਓਗੇ ਤਾਂ ਜੋ ਤੁਹਾਡੇ ਨਵਾਂ ਫੋਲਡਰ ਬਣ ਜਾਊਗਾ ਇਹ ਕੇਵਲ ਵਿੰਡੋਜ਼ ਦੇ ਵਿੱਚ ਬਣੂਗਾ ਇਹ ਤੁਹਾਡਾ ਅਨਸਰ ਸੀ ਤੇ ਹੁਣ ਆਪਾਂ ਅਗਰੇ ਪ੍ਰੋਗਰਾਮ ਪਰ ਵੱਧਦੇ ਆ ਸਕਰੀਨ ਸੇਵਰ ਬਾਰੇ ਦੱਸੋ ਸਕਰੀਨ ਸੇਵਰ ਇੱਕ ਸੌਫਟਵੇਅਰ ਪ੍ਰੋਗਰਾਮ ਹੁੰਦਾ ਹੈ ਜੇਕਰ ਕੰਪਿਊਟਰ ਕੁਝ ਖਾਸ ਸਮੇਂ ਲਈ ਬਿਨਾਂ ਵਰਤੇ ਚੱਲਦਾ ਰਹੇ ਤਾਂ ਸਕਰੀਨ ਸੇਵਰ ਆਪਣੇ ਆਪ ਚੱਲ ਪੈਂਦਾ ਹੈ ਸਕਰੀਨ ਸੇਵਰ ਆਮ ਤੌਰ ਤੇ ਐਨੀਮੇਟਿਡ ਤਸਵੀਰਾਂ ਹੁੰਦੀਆਂ ਹਨ ਸਕਰੀਨ ਸੇਵਰ ਨੂੰ ਮੋਨਿਟਰ ਦੀ ਫਾਸਫੋਰਸ ਕੋਟਿੰਗ ਨੂੰ ਸੜਨ ਤੋਂ ਬਚਾਉਣ ਲਈ ਬਣਾਇਆ ਗਿਆ ਹੈ ਇਹਨਾਂ ਸਸੇ ਸਕਰੀਨ ਸੇਵਰ ਦਾ ਹੁਣ ਅਗਰ ਆਪਰੇਸ਼ਨ ਐਮ ਐਸ ਬਲ ਦੇ ਵਿੱਚ ਕਿੰਨੇ ਅਲਾਈਨਮੈਂਟ ਹੁੰਦੇ ਹਨ ਉਹਨਾਂ ਦੇ ਨਾਮ ਅਤੇ ਸਰਕਟ ਕੀ ਦੱਸੋ ਉਹ ਇਹਦੇ ਵਿੱਚ ਚਾਰ ਹੁੰਦੇ ਨੇ ਆ ਇਹਨਾਂ ਦੇ ਨਾਮ ਪਏ ਨੇ ਆ ਇਹਨਾਂ ਦੀ ਸਰਕਟ ਕੀ ਆ ਆ ਇਹਦਾ ਨਾਮ ਇਹਨਾਂ ਚੌਕਤਈ ਆ ਪਹਿਲਾ ਦੂਸਰਾ ਆ ਤੀਸਰਾ ਆ ਚੌਥਾ ਦੇਖ ਹੀ ਸਕਦੇ ਤੁਸੀਂ ਸਕਰੀਨ ਸ਼ਾਟ ਤੇ ਲੈ ਲਿਓ ਜੇ ਪਹਿਲੀ ਹੈ ਲੈਫਟ ਅਲਾਈਨ ਦੂਸਰਾ ਸੈਂਟਰ ਲਾਈਨ ਤੀਸਰਾ ਰਾਈਟ ਅਲਾਈਨ ਅਗੇ ਚੌਥਾ ਹੈਗਾ ਜਸਟੀਫਾਈ ਤੁਸੀਂ ਦੇਖ ਹੀ ਸਕਦੇ ਹੋ ਤੇ ਹੁਣ ਆਪਾਂ ਅਗਲੇ ਪ੍ਰੈਸ਼ਰ ਬਾਰੇ ਜਾਣਨੇ ਆ ਅਗਲੇ ਪ੍ਰੈਸ਼ਰ ਦਾ ਐਨੀਮੇਸ਼ਨ ਕੀ ਹੁੰਦੀ ਹੈ ਐਨੀਮੇਸ਼ਨ ਮਲਟੀਮੀਡੀਆ ਦਾ ਇੱਕ ਭਾਗ ਹੈ ਐਨੀਮੇਸ਼ਨ ਵਿੱਚ ਸਥਿਰ ਤਸਵੀਰਾਂ ਨੂੰ ਹਰ ਜੁਰ ਕਰਦਿਏ ਦਿਖਾਇਆ ਜਾਂਦਾ ਹੈ ਗਤੀਮਾਨ ਕਰਨ ਲਈ ਇਹਨਾਂ ਤਸਵੀਰਾਂ ਉੱਤੇ ਕਈ ਕਿਸਮਾਂ ਦੇ ਪ੍ਰਭਾਵ ਪਏ ਜਾਂਦੇ ਹਨ ਐਨੀਮੇਸ਼ਨ ਬਣਾਉਣ ਲਈ ਵਿੰਡੋਜ਼ ਮੂਵੀ ਮੇਕਰ ਫਲੈਕਸ ਆਂਦੀ ਸਾਫਟਵੇਅਰ ਵਰਤੀ ਜਾਂਦੇ ਹਨ ਐਨੀਮੇਸ਼ਨ ਦੋ ਤਰ੍ਹਾਂ ਦੀ ਹੁੰਦੀ ਹੈ ਪਾਥ ਐਨੀਮੇਸ਼ਨ ਅਤੇ ਫਰੇਮ ਐਨੀਮੇਸ਼ਨ ਇਹ ਐਨੀਮੇਸ਼ਨ ਹਨ ਪ੍ਰੈਜਨ ਸੀ ਚਲੋ ਆਪਾਂ ਅਗਰੇ ਵੇਸੇ ਬੋਲ ਕੇ ਵਧਿਆ ਇੰਟਰਨਲ ਕਮਾਂਡੀਆਂ ਕੋਈ ਚਾਰ ਹੁੰਦਾ ਉਦਾਹਰਨ ਦਿਓ ਤੁਸੀਂ ਇਹਦੇ ਕੋਈ ਚਾਰ ਉਦਾਹਰਨਾਂ ਦੇ ਦਿਓ ਇਸੇ ਪ੍ਰੈਜਨ ਦੀਆਂ ਇਹਨਾਂ ਚਾਰ ਉਧਾਨਾ ਸੀ ਚਾਰ ਉਧਾਨਾ ਸੀ ਚਾਰ ਉਧਾਨਾ ਸੀ ਕੁੱਲ ਮਿਲਾ ਕੇ ਬਾਰ ਉਧਾਨ ਦੇ ਦਿੱਤੀਆਂ ਪਹਿਲਾ ਦੇ ਤ ਦੂਸਰਾ ਤਈਮ तिस CLS ਚੌਥਾ ਕਾਪੀ ਪਰ ਜੋ ਮੂਵ CMS ਆਲਦੀ ਸੱਤਵਾਂ ਸੀੜੀ ਅਥਵਾ MBD MD ਅੱਗੇ ਨੰਬਰ BER ਦਸਵਾਂ ਕਾਪੀ ਕੋਨ ਅੱਗੇ ਗਿਰਵ DIR ਬਾਰਵ ਦਾ ਆ ਰਹੀ ਹੈ ਨਾ ਆ ਸਿੱਧੇ ਉਧਾਨਾ ਨੇ 12 ਤੁਸੀਂ ਨੇ ਵਿੱਚ ਕੋਈ ਚਾਹ ਯਾਦ ਕਰਕੇ ਚਲੇ ਜਾਣਾ ਅਗਰੇ ਆਪਰੇਸ਼ਨ CUI ਅਤੇ GUI ਵਿਚਦੀ ਤੁਲਨਾ ਕਰੋ। ਆਈਟਲ ਜੋ ਤੁਲਨਾ ਦਾ ਚਾਹਤਾ ਬਣਿਆ ਪਿਆ ਤੁਸੀਂ ਇਹ ਦੇਖ ਸਕਦੇ ਹੋ ਤੇ ਸਕਰੀਨਸ਼ੋਟ ਲੈ ਸਕਦੇ ਹੋ। ਤੁਸੀਂ ਦੇਖ ਲਓ ਇਹਨੇ ਦੋ ਸਕਰੀਨ ਤੁਹਾਨੂੰ ਦਿਖਾ ਦਿੰਨੇ ਆ ਸਾਰੇ ਚਾਰ ਤ ਜੇ ਤੁਸੀਂ ਪੜ੍ਹ ਲਓ ਜੇ ਵੀਡੀਓ ਨੂੰ ਸਟਾਪ ਕਰਕੇ ਤੁਸੀਂ ਦੇਖੀ ਸਕਦੇ ਹੋ। ਚਲੋ ਹੁਣ ਆਪਾਂ ਅਗਰੇ ਪ੍ਰਸ਼ਨ ਨੰਬਰ ਪਾ ਦਿਆਂ। ਟਾਈਪਿੰਗ ਕਰਦੇ ਸਮੇਂ ਬੈਠਣ ਦੇ ਸਹੀ ਤਰੀਕਾ। ਪਹਿਲਾ ਸਾਨੂੰ ਬਿਲਕੁਲ ਸਿੱਧਾ ਬੈਠਣਾ ਚਾਹੀਦਾ ਹੈ ਦੂਸਰਾ ਕੀਬੋਰਡ ਦੇ ਬਿਲਕੁਲ ਸਾਹਮਣੇ ਬੈਠਣਾ ਚਾਹੀਦਾ ਹੈ ਤੀਸਰਾ ਸਾਦੇ ਪੈਰ ਜ਼ਮੀਨ ਉੱਤੇ ਸਿੱਧੇ ਹੋਣੇ ਚਾਹੀਦੇ ਹਨ ਅਗੇ ਚੌਥਾ ਮੋਨਿਟਰ ਸਾਦੀ ਅੱਖਾਂ ਦੇ ਬਰਾਬਰ ਅਤੇ ਸਾਹਮਣੇ ਹੋਣਾ ਚਾਹੀਦਾ ਹੈ ਪੰਜਵਾਂ ਸਾਦੀ ਨਜ਼ਰ ਮੋਨਿਟਰ ਜਾਂ ਕਾਪੀ ਉੱਤੇ ਹੋਣੀ ਚਾਹੀਦੀ ਹੈ ਛੇਵਾਂ ਸਾਨੂੰ ਕੀ ਜਦ ਨੂੰ ਜਲਦੀ ਨਾਲ ਦਬਾ ਕੇ ਵਾਪਿਸ ਹੋਮ ਰੋ ਉੱਤੇ ਆਉਣਾ ਚਾਹੀਦਾ ਹੈ ਹੁਣ ਅਗਰੇ ਪ੍ਰੈਸ਼ਰ ਬਾਰੇ ਗੱਲ ਕਰਦੇ ਆਂ ਸੀਡੀ ਕੀ ਹੁੰਦੀ ਹੈ ਇਸ ਦੀ ਕਿਸਮ ਦਾ ਵਰਣਨ ਕਰੋ ਸੀਡੀ ਪੋਰਟੇਬਲ ਸੈਕੰਡਰੀ ਮੈਮਰੀ ਹੈ ਸੀਡੀ ਦਾ ਪੂਰਾ ਨਾਮ ਕੰਪਲੈਕਸ ਡਿਕਸ ਹੈ ਫਲੋਪੀ ਡਿਕਸ ਦੇ ਮੁਕਾਬਲੇ ਸੀਡੀ ਸਟੋਰੇਜ ਸਮਰੱਥਾ ਕਾਫੀ ਜ਼ਿਆਦਾ ਹੁੰਦੀ ਹੈ ਇਸ ਵਿੱਚ 600 ਤੋਂ ਲੈ ਕੇ 750 ਤੱਕ MB ਦਾ data ਸਟੋਰ ਕੀਤਾ ਜਾ ਸਕਦਾ ਹੈ ਇਸ ਵਿੱਚ ਸਟੋਰ ਸੂਚਨ ਨੂੰ ਅਸੀਂ ਸਿਸਟਮ ਸਿਸਟਮ ਸਕਦੇ ਹਾਂ ਆਪਾਂ ਦੁਬਾਰਾ ਲਿਖ ਨਹੀਂ ਸਕਦੇ ਸਾਂਭ ਸਕਦੇ ਆ ਤੇ ਦੁਬਾਰਾ ਨਹੀਂ ਲਿਖ ਸਕਦੇ ਇਸ ਦਾ ਇੱਕ ਪਾਸਾ ਬਹੁਤ ਚਮਕੀਲਾ ਹੁੰਦਾ ਹੈ ਜਿਸ ਦੇ ਉੱਪਰ data data ਸੂਚਨਾ ਸਟੋਰ ਕੀਤੀ ਜਾਂਦੀ ਹੈ ਸੀਰੀ ਡੀਬਲ ਤੋਂ ਆਮ ਤੌਰ ਤੇ ਡੀ ਆਰਿਓ ਡੀ ਰਿਓ ਪਿਊਰੋ ਅਤੇ data ਫੈਲਾਉ ਇੱਕ ਕੰਪਿਊਟਰ ਤੋਂ ਦੂਸਰੇ ਕੰਪਿਊਟਰ ਤੇ ਟ੍ਰਾਂਸਫਰ ਕਰਨ ਲਈ ਜਾਂ ਸਟੋਰ ਕਰਨ ਲਈ ਕੀਤੀ ਜਾਂਦੀ ਹੈ ਇਹ ਇੱਕ ਪਰੋਸੀ ਜੋ ਕਿ ਮੈਮਰੀ ਹੈ ਤੇ ਹੁਣ ਅਜੋ ਪ੍ਰੈਸ਼ਨ ਆਉ ਆ ਚੁੱਕਾ ਹੈ ਇਹ ਤਾਂ ਲਿਖੇ ਦੀ ਵਿਆਖਿਆ ਕਰੋ ਰਣਕੁਮਾਰ ਸੱਚਕਮੰਡ ਕੈਕੁਰਿਤ ਮੈਂ ਰਣਕੁਮਾਰ रन कमांड विंडोज ऑपरेटिंग सिस्टम ਦੀ ਇੱਕ ਉਦਾਹਰਣ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ ਇਸ ਦੀ ਵਰਤੋਂ ਕਿਸੇ ਪ੍ਰੋਗਰਾਮ ਨੂੰ ਸਿੱਧੇ ਤੌਰ ਤੇ ਚਲਾਉਣ ਲਈ ਕੀਤੀ ਜਾਂਦੀ ਹੈ ਰਨ ਕਮਾਂਡ ਚਲਾਉਣ ਲਈ ਵਿੰਡੋਜ਼ ਕੀ ਪਲਸ ਆਰ ਬਟਨ ਦਬਾਓ ਅਗੇ ਸਰਚ ਕਮਾਂਡ ਸਰਚ ਕਮਾਂਡ ਵਿੰਡੋਜ਼ অপারেটিং ਸਿਸਟਮ ਦੀ ਇੱਕ ਮਹੱਤਵਪੂਰਨ ਐਪਲੀਕੇਸ਼ਨ ਹੈ ਜਿਸ ਦੀ ਵਰਤੋਂ ਕਿਸੇ ਫਾਈਲ ਜਾਂ ਫੋਲਡਰ ਨੂੰ ਆਸਾਨੀ ਨਾਲ ਲੱਭਣ ਲਈ ਕੀਤੀ ਜਾਂਦੀ ਹੈ ਸਰਚ ਕਮਾਂਡ ਵਿੱਚ ਵਿੰਡੋਜ਼ ਐਕਸਪਲੋਰਰ ਵਿੱਚ ਸਰਚ ਬਾਕਸ ਦੀ ਵਰਤੋਂ ਕੀਤੀ ਜਾਂਦੀ ਹੈ ਯੋਗ ਕੈਕਕੂਲੇਟਰ ਕੈਕਕੂਲੇਟਰ ਵਿੰਡੋਜ਼ অপারেটিং ਸਿਸਟਮ ਦੀ ਇੱਕ ਸਾਧਾ ਐਪਲੀਕੇਸ਼ਨ ਹੈ ਇਹ ਆਮ ਇਹ ਆਮ ਕੈਕਕੂਲੇਟਰ ਦੀ ਤਰ੍ਹਾਂ ਹੁੰਦਾ ਹੈ ਇਸ ਦੀ ਵਰਤੋਂ ਗਣਨਾਵਾਂ ਕਰਵਾਉਣ ਲਈ ਕੀਤੀ ਜਾਂਦੀ ਹੈ ਰਨ ਬਾਕਸ ਵਿੱਚ ਸੀਏਲਸੀ ਟਾਈਪ ਕਰਦੇ ਇਸ ਨੂੰ ਖੋਲਿਆ ਜਾ ਸਕਦਾ ਹੈ ਤੇ ਤੁਹਾਨੂੰ ਦੱਸਦੇ ਮੈਂ ਇੱਕ ਆਪਣਾ ਨਿਊ ਟੈਲੀਗ੍ਰਾਮ ਗਰੁੱਪ ਬਣਾਇਆ ਜਿਹਦਾ ਨਾਮ ਐਚ ਕੇ ਅਪਡੇਟ ਉਹਦੇ ਪਿੱਛੇ ਪੀਐਸਬੀ ਲਿਖਦੇ ਹੋ ਉੱਥੇ ਜਾ ਕੇ ਤੁਸੀਂ ਕੋਈ ਵੀ ਪੇਪਰ ਦਮਲ ਰ ਕੱਛ ਸਕਦੇ ਹੋ ਉਸ ਗਰੁੱਪ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਪੇਪਰ ਮਿਲਦੇ ਰਹਿਣਗੇ ਮੈਂ ਦੁਬਾਰਾ ਉਹਦਾ ਨਾਮ ਬੋਲ ਦਿੰਦਾ ਐਚ ਕੇ ਅਪਡੇਟ ਇੱਕਾ YouTube ਤੇ ਚੈਨਲ ਵੀ ਆ ਉਹਨੂੰ ਸਬਸਕ੍ਰਾਈਬ ਕਰ ਲਓ ਐਚ ਕੇ ਅਪਡੇਟ ਅਗੇ ਮਲਟੀਮੀਡੀਆ ਦੇ ਖੇਤਰਾਂ ਬਾਈ ਲਈ ਹੋ ਪਹਿਲਾਂ ਸਿੱਖਿਆ ਵਿਦਿਆਰਥੀ ਲਈ ਵਧੀਆ ਸਿੱਖਿਆ ਸਮਗਰੀ ਤਿਆਰ ਕਰਨ ਲਈ ਮਲਟੀਮੀਡੀਆ ਦੀ ਬਲਤੋ ਕੀਤੀ ਜਾਂਦੀ ਹੈ। ਦੂਸਰਾ ਬਪਾਲਿਕ ਪਨਾਰੀ ਬਪਾਲ ਵਿੱਚ ਮਲਟੀਮੀਡੀਆ ਦੀ ਬਲਤੋ ਟ੍ਰੇਨਿੰਗ ਇਸ਼ਤਿਹਾਰ ਬਾਜ਼ੀ ਅਤੇ ਉਤਪਾਦ ਦੀ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ। ਤੀਸਰਾ ਮੈਡੀਕਲ ਸੇਵਾਵਾਂ ਮੈਡੀਕਲ ਸਾਇੰਸ ਵਿੱਚ ਮਨੁੱਖ ਮਨੁੱਖੀ ਸਰੀਰ ਦੇ ਮਾਡਲ ਬਣਾਉਣ ਲਈ ਮਲਟੀਮੀਡੀਆ ਦੀ ਬਲਤੋ ਕੀਤੀ ਜਾਂਦੀ ਹੈ। ਅਗੇ ਚੌਥਾ ਮਨੋਰੰਜਨ ਰੇਡੀਓ, ਟੈਲੀਵਿਜ਼ਨ, ਵੀਡੀਓ ਗੇਮਾਂ ਆਂਦੀ ਮਨੋਰੰਜਨ ਖੇਤਰਾ ਵਿੱਚ ਮਲਟੀਮੀਡੀਆ ਦੀ ਬਲਤੋ ਕੀਤੀ ਜਾਂਦੀ ਹੈ। ਪੰਜਵਾਂ ਜਨਤਕ ਥਾਵਾ ਲਾਇਬ੍ਰੇਰੀ ਸ਼ਾਪਿੰਗ ਮਾਲ ਰੇਡਵੇ ਸਟੇਸ਼ਨ ਆ ਬੈਂਕਾਂ ਆਂ ਦੀ ਵਿੱਚ ਗ੍ਰਾਹਕਾਂ ਨੂੰ ਸੂਚਨ ਦੇਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਅਗੇ ਛੇਵਾਂ ਮਲਟੀਮੀਡੀਆ ਕਾਨਫਰੰਸ ਇਸ ਦੀ ਵਰਤੋਂ ਦੂਰ ਦਰਾਡੇ ਬੈਠੇ ਵਿਅਕਤੀਆਂ ਨਾਲ ਫੇਸ ਟੂ ਫੇਸ ਗੱਲਬਾਤ ਕਰਨ ਲਈ ਕੀਤੀ ਜਾਂਦੀ ਹੈ ਇਹ ਤੁਹਾਡਾ ਪੇਪਰ ਸੀਸ ਫੁੱਲ ਸੋਲਵਰ ਕਰਵਾ ਦਿੱਤਾ ਹੈ ਦੇਖੋ ਤੁਸੀਂ ਇਹ ਇਹ ਪੇਪਰ ਦੇਖਿਆ ਤਾਂ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਨੋਟੀਫਿਕੇਸ਼ਨ ਆਨ ਤੇ ਸੱਤ ਕਰ ਲਓ ਜਿਸ ਨਾਲ ਤੁਹਾਨੂੰ ਆਪਣੀ ਇਸ ਤਰ੍ਹਾਂ 더 ਹੋਰ ਪੀਪਲ ਮਿਲਦੇ ਰਹਿਣਗੇ ਜੇਕਰ ਤੁਹਾਨੂੰ ਆਪਣੀ ਇਹ ਵੀਡੀਓ ਵਧੀਆ ਲੱਗੀ ਆ ਤਾਂ ਹੋ ਸਕੇ ਤਾਂ ਇਹ ਵੀਡੀਓ ਆਪਣੇ ਦੋਸਤਾਂ ਵਿੱਚ ਵੀ ਜਰੂਰ ਸ਼ੇਅਰ ਕਰ ਦੇਣਾ ਜਿਸ ਨਾਲ ਉਹਨਾਂ ਦੇ ਵੀ ਥੋੜੇ-ਬਹੁਤੇ ਵਧੀਆ ਨੰਬਰ ਆ ਸਕਣ ਤੇ ਆਪਾਂ ਫਿਰ ਮਿਲਾਂਗੇ ਇੱਕ ਅਗਲੀ ਵੀਡੀਓ ਵਿੱਚ